ਆਪਾਂ ਨਾ ਖੁਦ ਹੀ ਬੱਚੇ ਦੇ ਕੱਚੇ ਦਿਮਾਗ 'ਚ ਚੀਜ਼ਾਂ ਇਹੋ ਜਿਹੀਆਂ ਬਣਾਉਂਦੇ ਹਾਂ ਕਿ ਜਿਹੜੀਆਂ ਕਦੋਂ ਪੱਕ ਜਾਂਦੀਆਂ ਨੇ ਸਾਨੂੰ ਆਪ ਨਹੀਂ ਪਤਾ। ਅਸੀਂ ਤਾਂ ਦੋ ਭੈਣ ਭਰਾਵਾਂ ਨੂੰ ਆਪਸ ਵਿੱਚ ਈਰਖਾ ਕਰਨ ਲਾ ਦਿੰਦੇ ਹਾਂ, ਹੈ ਨਾ। ਆਪਾਂ ਕਈ ਵਾਰੀ, ਚਲੋ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਆਪਾਂ ਨੂੰ ਜਿਵੇਂ ਦੇ ਸਬਕ ਮਿਲੇ ਨੇ, ਸਾਨੂੰ ਕਿਸੇ ਨੇ ਜਿਵੇਂ ਪਾਲਿਆ, ਉਹੋ ਜਿਹੇ ਸਬਕ ਅਸੀਂ ਗਾਂਹ ਦੇਈ ਜਾਵਾਂਗੇ। ਉਹਨਾਂ 'ਚ ਅਸੀਂ ਕੋਈ ਚੇਂਜ ਤਾਂ ਕਰਦੇ ਨਹੀਂ। ਅਤੇ ਆਪਾਂ ਕਿੰਨੀ ਵਾਰੀ ਕਰਦੇ ਹਾਂ, ਜੇ ਇੱਕ ਮਤਲਬ ਘਰ 'ਚ ਦੋ ਬੱਚੇ ਨੇ, ਉਹਨਾਂ 'ਚੋਂ ਇੱਕ ਦੇ ਨੰਬਰ ਵੱਧ ਆ ਗਏ, ਆਪਾਂ ਦੂਜੇ ਨੂੰ ਕਿੰਨਾ ਸੁਣਾਉਂਦੇ ਹਾਂ ਉਸ ਬੱਚੇ ਨੂੰ, ਹੈ ਨਾ। ਜਦਕਿ ਉਹ ਤਾਂ ਸਾਡਾ ਮਤਲਬ ਸਾਡਾ ਖੂਨ ਹੁੰਦਾ, ਸਾਡਾ ਬੱਚਾ ਹੁੰਦਾ। ਆਪਾਂ ਕਹਿੰਦੇ ਮਾਂ ਪਿਓ ਦੇ ਚਾਹੇ ਚਾਰ ਬੱਚੇ ਹੋਣ, ਉਹਨਾਂ ਨੂੰ ਇੱਕੋ ਜਿੰਨੀ ਮੁਹੱਬਤ ਆਉਂਦੀ ਹੈ? ਨਹੀਂ ਆਉਂਦੀ। ਤੁਸੀਂ ਨਿਆਣੇ 'ਚ ਵੀ ਮੁਕਾਬਲਾ ਖੜਾ ਕਰ ਦਿੰਦੇ ਹੋ, ਹੈ ਨਾ। ਜਦੋਂ ਨਿਆਣਿਆਂ 'ਚ ਮੁਕਾਬਲੇ ਹੁੰਦੇ ਨੇ, ਸਕੇ ਭੈਣ ਭਰਾ 'ਚ ਹੁੰਦੇ ਆ, ਤਾਂ ਉਹਨੂੰ ਬਾਹਰ ਕਿਉਂ ਨਹੀਂ ਮਹਿਸੂਸ ਹੋਊਗਾ? ਅਸੀਂ ਪਹਿਲੇ ਦਿਨ ਤੋਂ ਨਿਆਣੇ ਨੂੰ ਇਹ ਚੀਜ਼ ਦੱਸਦੇ ਹਾਂ ਕਿ ਫਲਾਣੇ ਨੇ ਆਪਦੇ ਨਿਆਣੇ ਨੂੰ ਇਸ ਸਕੂਲ 'ਚ ਪਾਇਆ, ਅਸੀਂ ਤੈਨੂੰ ਇਸ 'ਚ ਪਾ ਰਹੇ ਹਾਂ ਕਿਉਂਕਿ ਅਸੀਂ ਉਹਦੇ ਨਾਲੋਂ ਫੀਸ ਜ਼ਿਆਦਾ ਭਰ ਸਕਦੇ ਹਾਂ, ਹੈ ਨਾ। ਅਸੀਂ ਤੈਨੂੰ ਆਹ ਚੀਜ਼ ਲੈ ਕੇ ਦਿੱਤੀ ਹੈ ਕਿਉਂਕਿ ਅਸੀਂ ਫਲਾਣਿਆਂ ਨਾਲੋਂ ਜ਼ਿਆਦਾ ਕਰ ਸਕਦੇ ਹਾਂ। ਜਿਹੜੀ ਜ਼ਿਆਦਾ ਵਾਲੀ ਚੀਜ਼ ਹੈ ਨਾ, ਨਿਆਣੇ ਨੂੰ ਇਹੀ ਲੱਗਦਾ ਹੁੰਦਾ ਕਿ ਉਹ ਸਿਰਫ ਮੇਰੇ ਹਿੱਸੇ ਲਿਖੀ ਗਈ ਆ, ਉਹ ਕਿਸੇ ਦੂਜੇ ਦੇ ਹਿੱਸੇ ਨਹੀਂ ਆ ਸਕਦੀ। ਨਿਆਣੇ, ਆਪਾਂ ਜਦੋਂ ਪੜ੍ਹਦੇ ਹੁੰਦੇ ਸੀ, ਆਪਾਂ ਇੱਕ ਦੂਜੇ ਨਾਲ ਦੋਸਤੀ ਹੁੰਦੀ ਸੀ ਸਾਡੀ, ਹੈ ਨਾ। ਸਾਨੂੰ ਲੱਗਦਾ ਨਹੀਂ ਸੀ ਹੁੰਦਾ ਕਿ ਇਹ ਇਹਦਾ ਘਰ ਆ, ਇਹ ਮੇਰਾ ਘਰ ਆ, ਜਾਂ ਇਹ ਇਹਦੀ ਚੀਜ਼ ਆ, ਇਹ ਮੇਰੀ। ਹੁਣ ਨਿਆਣਿਆਂ ਨੂੰ ਸਭ ਕੁਝ ਪਤਾ, ਨਿਆਣੇ ਅੱਗੇ